ਫਿਰ ਪਰਤੇ ਪਿਛਲੇ ਸਾਲ ਜਦੋਂ ਲੰਘ ਇੱਥੋਂ ਖੁੱਲਿਆ ਇੱਕ 2000 ਜਿਹੜਾ 250ਵੇਂ ਦਿਨ 'ਤੇ 550ਵੇਂ 'ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ। ਮੈਂ ਡੇਰ ਬਾਬਾ ਨਾਨਕ ਤੋਂ MLA ਵੀ ਔਰ ਡਿਪਟੀ CM ਪੰਜਾਬ ਵੀ ਹਾਂ। ਉਸ ਵੇਲੇ ਜਿਹੜੀ ਡੇਰ ਬਾਬਾ ਨਾਨਕ ਔਰ ਇੱਥੋਂ ਦੀ ਗੌਰਮੈਂਟ ਨੇ ਔਰ ਇੰਡੀਆ ਦੀ ਗੌਰਮੈਂਟ ਨੇ ਜੋ ਡਿਵੈਲਪਮੈਂਟ ਕੀਤੀ, ਖਾਸ ਕਰਕੇ ਪਾਕਿਸਤਾਨ ਗੌਰਮੈਂਟ ਨੇ ਜਿੰਨੇ ਸੋਹਣੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਹੈ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। 2004 'ਚ ਜਿਸ ਵੇਲੇ ਮੈਂ ਉਸ ਵੇਲੇ ਵੀ MLA ਸੀਗਾ ਡੇਰ ਬਾਬਾ ਉਦੋਂ ਫਤਿਹਗੜ੍ਹ ਚੂੜੀਆਂ ਤੋਂ, ਉਸ ਵੇਲੇ ਪਹਿਲਾ ਅਖੰਡ ਪਾਠ ਸਾਹਿਬ ਇੱਥੇ ਹੋਇਆ ਸੀ 1647 ਤੋਂ ਬਾਅਦ। ਉਹਦੇ ਬਾਅਦ 60 ਸਾਲ ਬਾਅਦ ਇੱਥੇ ਅਖੰਡ ਪਾਠ ਸਾਹਿਬ 'ਤੇ ਗੁਰੂ ਦੇ ਦਰਸ਼ਨ ਹੋਏ, ਅਤੇ ਉਸ ਵੇਲੇ ਵੀ ਮੈਨੂੰ ਬਹੁਤ ਸੁਭਾਗਾ ਸਮਾਂ ਸੀ ਮੇਰੇ ਲਈ ਕਿ ਮੈਂ ਉਸ ਟਾਈਮ ਵੀ ਦਰਸ਼ਨ ਕਰਨ ਲਈ ਆਇਆ ਪਹਿਲਾਂ ਜਦੋਂ ਇੱਥੇ ਪ੍ਰਕਾਸ਼ ਹੋਇਆ। ਅਤੇ ਉਹਦੇ ਬਾਅਦ ਮੈਂ 3-4 ਵਾਰੀ ਫਿਰ ਗੁਰੂ ਸਾਹਿਬ ਦੇ ਦਰਸ਼ਨ ਇੱਥੇ ਕਰਨ ਲਈ ਆਉਂਦਾ ਰਿਹਾ, ਅਤੇ ਅੱਜ ਵੀ ਮੈਨੂੰ ਬਹੁਤ ਸਕੂਨ ਮਿਲਿਆ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਸ ਦਿਨ ਗੁਰਪੁਰਬ ਸੀ, ਮੇਰਾ ਕੱਲ੍ਹ ਦਾ ਪ੍ਰੋਗਰਾਮ ਸੀਗਾ ਮੁੱਖ ਮੰਤਰੀ ਸਾਹਿਬ ਨਾਲ ਆਉਣ ਦਾ, ਅਤੇ ਮੇਰਾ ਜਿਹੜਾ ਅੱਜ 19 ਦੇ ਪਾਏ ਇਹ ਵੀ ਗੁਰੂ ਮਹਾਰਾਜ ਦੀ ਕਿਰਪਾ ਸੀ ਕਿ ਉਹਨਾਂ ਦੇ ਗੁਰਪੁਰਬ 'ਤੇ ਮੈਨੂੰ ਇੱਥੇ ਆਉਣ ਦਾ ਬਹੁਤ ਵੱਡਾ ਮਾਣ ਅਤੇ ਸੁਭਾਗ ਪ੍ਰਾਪਤ ਹੋਇਆ। ਮੈਂ ਪਾਕਿਸਤਾਨ ਗੌਰਮੈਂਟ ਦਾ ਔਰ ਇੰਡੀਅਨ ਗੌਰਮੈਂਟ ਦਾ ਧੰਨਵਾਦ ਕਰਦਾ ਕਿ ਉਹਨਾਂ ਜਿਹੜਾ ਰਸਤਾ ਅੱਜ ਦੇ ਦਿਨ ਖੋਲ੍ਹਿਆ ਕੋਵਿਡ ਤੋਂ ਬਾਅਦ। ਇਹ ਸਾਡੇ ਲਈ ਬਹੁਤ ਵੱਡੀ ਸਿੱਖ ਸੰਗਤ ਜਿਹੜੇ ਗੁਰੂ ਨਾਨਕ ਨਾਮ ਦੇਵਾ ਨੇ ਉਹਨਾਂ ਲਈ ਬਹੁਤ ਵੱਡਾ ਗੱਲ ਆ। ਜਿੱਥੇ ਗੁਰੂ ਸਾਹਿਬ ਮੁਸਲਿਮ ਭਰਾਵਾਂ ਦੇ ਨਾਨਕ ਪੀਰ ਸਨ, ਉੱਥੇ ਸਿੱਖਾਂ ਦੇ ਗੁਰੂ ਸੀਗੇ ਜਿਨ੍ਹਾਂ ਨੇ ਸਾਂਝੀਵਾਲਤਾ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ, ਔਰ ਇਸੇ ਜਗ੍ਹਾ ਤੋਂ ਖੜ੍ਹੇ ਹੋ ਕੇ ਜਿਨ੍ਹਾਂ ਨੇ ਖੇਤੀ ਕਰਕੇ ਉੱਤਮ ਖੇਤੀ ਵੱਧੋ ਵਪਾਰ ਕੀਆ, ਅਤੇ ਅੱਜ ਗਵਰਨਮੈਂਟ ਆਫ ਇੰਡੀਆ ਨੇ ਜਿਸ ਦਿਨ ਉਹਨਾਂ ਦਾ ਪ੍ਰਕਾਸ਼ ਪੁਰਬ ਸੀਗਾ ਜਿਹੜੇ ਕਾਲੇ ਕਾਨੂੰਨ ਸੀਗੇ ਉਹਨਾਂ ਨੂੰ ਰੱਦ ਕਰਕੇ 11 ਮਹੀਨਿਆਂ ਤੋਂ ਕਿਸਾਨ ਹਿੰਦੁਸਤਾਨ ਦੇ ਕਿਸਾਨ ਧਰਨਿਆਂ 'ਤੇ ਬੈਠੇ ਸੀ ਉਹਨਾਂ ਕਾਲੇ ਕਾਨੂੰਨਾਂ ਤੋਂ ਅੱਜ ਗੁਰੂ ਦੇ ਪੂਰਵਤਮ ਦਿਹਾੜੇ 'ਤੇ ਨਿਜਾਤ ਮਿਲੀ ਹੈ। ਮੈਂ ਅਰਦਾਸ ਕਰਦਾ ਗੁਰੂ ਸਾਹਿਬ ਦੇ ਚਰਨਾਂ 'ਚ ਕਰਤਾਰਪੁਰ ਸਾਹਿਬ ਇੱਥੇ ਕਿਉਂਕਿ ਰੰਧਾਵਿਆਂ ਦਾ ਗੁਰੂਆਂ ਦਾ ਬਹੁਤ ਨੇੜੇ ਦਾ ਰਿਹਾ। ਬਾਬਾ ਬੁੱਢਾ ਸਾਹਿਬ ਦੇ ਮੇਰੇ ਖਿਆਲ ਤਕਰੀਬਨ ਜੇ ਆਪਾਂ ਇਤਿਹਾਸ ਦੇਖੀਏ ਤਾਂ ਬਾਬਾ ਬੁੱਢਾ ਸਾਹਿਬ ਨਾਲ ਹਰ ਰੋਜ਼ ਇਹਨਾਂ ਦੇ ਮਿਲਦੀ ਜਿਹੜੀ ਸੀ ਅਰਦਾਸ, ਜਾਂ ਬਾਬਾ ਬੁੱਢਾ ਸਾਹਿਬ ਕਰਤਾਰਪੁਰ ਸਾਹਿਬ ਆ ਕੇ ਕਰਦੇ ਸੀ। ਬਹੁਤ ਵੱਡਾ ਗੁਰੂ ਨਾਨਕ ਸਾਹਿਬ ਨੇ ਬ੍ਰਹਮ ਗਿਆਨ ਔਰ ਜਿਹੜਾ ਕਹਿ ਕੇ ਬੱਚੇ ਸੀਗੇ ਜਦੋਂ ਗੱਲ ਪਾਸ਼ਾਹ ਦਾ ਖਿਤਾਬ ਦਿੱਤਾ, ਇਸ ਲਈ ਅੱਜ ਇੱਥੇ ਆ ਕੇ ਸ਼ਾਂਤੀ ਔਰ ਮਨ ਨੂੰ ਸਕੂਨ ਮਿਲਿਆ।